26 ਜਨਵਰੀ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਰਿਹਾ ਹੋਣਗੇ ਜਾਂ ਨਹੀਂ, ਸੋ ਇਸ ਨੂੰ ਲੈ ਕੇ ਸਿਆਸੀ ਗਲਿਆਰੀਆਂ ਤੋਂ ਲੈ ਕੇ ਗਲੀਆਂ ਤੱਕ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਆ। ਸੋ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਲੁਧਿਆਣਾ ਦੇ ਵਿੱਚ ਵੱਡੇ ਵੱਡੇ ਹੋਰਡਿੰਗ ਵੀ ਲੱਗ ਚੁੱਕੇ ਨੇ, ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਸੋ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋਣੀ ਆ ਜਾਂ ਨਹੀਂ, ਸੋ ਇਹ ਲੁਧਿਆਣਾ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਹੋਰਡਿੰਗ ਲੱਗੇ ਹੋਏ ਨੇ। ਵੱਖ ਵੱਖ ਥਾਵਾਂ 'ਤੇ ਇਸ ਤਰ੍ਹਾਂ ਦੇ ਹੋਰਡਿੰਗ ਲੱਗੇ ਨੇ ਜਿਸ ਦੇ ਉੱਤੇ ਲਿਖਿਆ ਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਨਵਜੋਤ ਸਿੰਘ ਸਿੱਧੂ। ਨਾਲ ਦੀ ਨਾਲ 26 ਜਨਵਰੀ ਦੀ ਜਿਹੜੀ ਆ ਉਹ ਵਧਾਈ ਵੀ ਦਿੱਤੀ ਗਈ ਆ, ਹੈਪੀ ਰਿਪਬਲਿਕ ਡੇ ਲਿਖਿਆ ਆਇਆ ਵਾ। ਨਾਲ ਕਮਿੰਗ ਸੂਨ ਆ ਇਹ ਬੋਰਡ ਜਿਹੜੇ ਲੱਗੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਮੀਡੀਆ ਐਡਵਾਈਜ਼ਰ ਨੇ ਸੁਰਿੰਦਰ ਡੱਲਾ, ਸੋ ਉਹਨਾਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ। ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਤੋਂ। ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਦੇ ਕਈ ਥਾਵਾਂ 'ਤੇ ਹੋਰਡਿੰਗ ਲੱਗੇ ਹੋਏ ਨੇ। ਸੋ ਦੱਸਦੀ ਕਿ ਨਵਜੋਤ ਸਿੰਘ ਸਿੱਧੂ ਇੱਕ ਮਾਮਲੇ ਦੇ ਵਿੱਚ ਜਿਹੜੀ ਆ ਸਜ਼ਾ ਕੱਟ ਰਹੇ ਨੇ। 1988 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜਿਸ ਦੇ ਵਿੱਚ 1 ਸਾਲ ਦੀ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਹੋਈ ਸੀ। ਸੋ 8 ਮਹੀਨਿਆਂ ਦੀ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਪੂਰੀ ਹੋ ਚੁੱਕੀ ਆ। ਹਾਲਾਂਕਿ ਇੱਕ ਚਿੱਠੀ ਵੀ ਜਾਰੀ ਹੋਈ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਿਲ ਆ ਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਜਿਹੜੀ ਆ ਹੋ ਸਕਦੀ ਆ। ਸੋ ਇਹ 52 ਨਾਮਾਂ ਦੀ ਜਿਹੜੀ ਹੈ ਲਿਸਟ ਜਿਹੜੀ ਆ ਦੱਸੀ ਜਾ ਰਹੀ ਹੈ ਜੋ ਸੂਤਰ ਜਾਣਕਾਰੀ ਦੇ ਰਹੇ ਨੇ, ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਜਿਹੜਾ ਵਾ ਉਹ ਸ਼ਾਮਿਲ ਹੈਗਾ ਵਾ। ਸੋ ਅਸੀਂ ਵੀ ਇਸ ਬਾਰੇ ਜਿਹੜੀ ਜਾਣਕਾਰੀ ਆ ਉਹ ਉਹਨਾਂ ਦੇ ਮੀਡੀਆ ਐਡਵਾਈਜ਼ਰ ਸੁਰਿੰਦਰ ਡੱਲਾ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਰਾਤ ਦਾ ਸਮਾਂ ਹੋ ਚੁੱਕਾ ਵਾ, ਲੇਟ ਨਾਈਟ ਇਸ ਤਰ੍ਹਾਂ ਦੇ ਹੋਰਡਿੰਗ ਜਿਹੜੇ ਨੇ ਬਾਜ਼ਾਰ ਦੇ ਵਿੱਚ ਲੱਗੇ ਹੋਏ ਨੇ। ਸੋ ਕੋਸ਼ਿਸ਼ ਕਰਾਂਗੇ ਸੁਰਿੰਦਰ ਡੱਲਾ ਉਹਨਾਂ ਨਾਲ ਗੱਲਬਾਤ ਕਰਨ ਦੀ। ਇੱਕ ਵਾਰ ਕਾਲ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਹੋਰਡਿੰਗ ਉਹਨਾਂ ਵੱਲੋਂ ਲਗਾਏ ਗਏ ਨੇ ਜਾਂ ਨਹੀਂ ਲਗਾਏ ਗਏ ਨੇ। ਸੋ ਇਹ ਜਾਣਕਾਰੀ ਜਿਹੜੀ ਆ ਸੁਰਿੰਦਰ ਡੱਲਾ ਹੀ ਦੇ ਪਾਣਗੇ ਕਿ 26 ਜਨਵਰੀ ਨੂੰ ਰਿਹਾ ਹੋਣਗੇ ਨਵਜੋਤ ਸਿੰਘ ਸਿੱਧੂ ਜਾਂ ਨਹੀਂ। ਸੋ ਸੁਰਿੰਦਰ ਡੱਲਾ ਜੀ ਸਾਡੇ ਨਾਲ ਮੌਜੂਦ ਨੇ, ਅਸੀਂ ਗੱਲਬਾਤ ਕਰ ਲੈਂਦੇ ਹਾਂ। ਡੱਲਾ ਜੀ, ਨਰਿੰਦਰ ਮਹਿੰਦਰੂ ਬੋਲ ਰਿਹਾ ਜੀ ਮੈਂ ਜਗਬਾਣੀ ਟੀਵੀ ਤੋਂ। ਡੱਲਾ ਜੀ, ਲੁਧਿਆਣਾ ਦੇ ਵਿੱਚ ਹੋਰਡਿੰਗ ਲੱਗੇ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਫੋਟੋ ਲੱਗੀ ਹੋਈ ਆ, ਨਵਜੋਤ ਸਿੰਘ ਸਿੱਧੂ ਕਮਿੰਗ ਸੂਨ ਦੇ ਨਾਲ ਬੈਨਰ ਲੱਗੇ ਨੇ, ਸੋ ਕੀ ਕਹਿਣਾ ਚਾਹੋਗੇ? ਤੁਹਾਡੇ ਵੱਲੋਂ ਹੀ ਹੋਰਡਿੰਗ ਲਗਾਏ ਗਏ ਨੇ? ਦੇਖੋ, ਬਿਲਕੁਲ, ਸਾਨੂੰ ਉਮੀਦ ਹੈ ਕਿ 26 ਜਨਵਰੀ ਨੂੰ ਜਿਵੇਂ ਸਾਡੇ ਬਹੁਤ ਸਾਰੇ ਨਾਗਰਿਕ ਆਪਣੇ ਆਪਣੇ ਘਰਾਂ 'ਚ ਮੁੜਨਗੇ, ਅਸੀਂ ਉਮੀਦ ਕਰਦੇ ਹਾਂ, ਬਹੁਤ ਜ਼ਿਆਦਾ ਸਾਨੂੰ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਵੀ 26 ਜਨਵਰੀ ਨੂੰ ਆਪਣੇ ਘਰ ਪੰਜਾਬ ਦੇ ਲੋਕਾਂ ਦੇ ਵਿੱਚ ਵਾਪਸ ਮੁੜਨਗੇ। ਸੋ ਇਸੇ ਕਰਕੇ ਇੱਕ ਪਿਆਰ ਦਾ ਤੇ ਸਤਿਕਾਰ ਦਾ ਪ੍ਰਗਟਾਵਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਿੰਨਾ ਕੁੱਝ ਪੰਜਾਬ ਦੇ ਲਈ ਕੀਤਾ, ਪੰਜਾਬ ਦੇ ਮੁੱਦਿਆਂ ਤੇ ਜਿੱਦੀ ਉਹਨਾਂ ਨੇ ਲੜਾਈ ਲੜੀ ਹੈ, ਹਮੇਸ਼ਾ ਹੀ ਅਸੀਂ ਤਾਂ ਮੰਨਦੇ ਹਾਂ ਕਿ ਪੰਜਾਬ, ਪੰਜਾਬੀਅਤ ਔਰ ਪੰਜਾਬੀ ਦੇ ਲਈ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜਿੱਦਾਂ ਆਪਣਾ ਸੰਘਰਸ਼ ਕੀਤਾ ਜ਼ਿੰਦਗੀ ਦੇ ਵਿੱਚ, ਸੋ ਉਹਨਾਂ ਦਾ ਬਹੁਤ ਸਤਿਕਾਰ ਹੈ ਔਰ ਇਹ ਉਹਨਾਂ ਦੇ ਪ੍ਰਤੀ ਇੱਕ ਅਸੀਂ ਕਹਿ ਸਕਦੇ ਹਾਂ ਟੋਕਨ ਆਫ ਲਵ ਹੈ, ਰਿਸਪੈਕਟ ਹੈ। ਅਸੀਂ ਅਰਦਾਸ ਕਰਦੇ ਹਾਂ ਰੱਬ ਅੱਗੇ ਕਿ 26 ਜਨਵਰੀ ਨੂੰ ਸਾਰੇ ਨਾਗਰਿਕ ਆਉਣਗੇ ਤੇ ਨਵਜੋਤ ਸਿੰਘ ਸਿੱਧੂ ਵੀ ਆਪਣੇ ਘਰ ਵਾਪਸ। 26 ਜਨਵਰੀ ਤੁਹਾਡੇ ਵੱਲੋਂ ਵਧਾਈ ਵੀ ਦਿੱਤੀ ਗਈ ਹੈ, ਨਾਲ ਦੀ ਨਾਲ ਉੱਪਰ ਲਿਖਿਆ ਵੀ ਗਿਆ ਕਿ ਪੰਜਾਬ, ਪੰਜਾਬੀਅਤ ਤੇ ਪੰਜਾਬੀਅਤ ਦਾ ਰਾਖਾ ਵਾ ਨਵਜੋਤ ਸਿੰਘ ਸਿੱਧੂ। ਸੋ ਇਸ ਦੇ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ? ਕਿਸ ਤਰ੍ਹਾਂ ਦੇ ਹੋਰਡਿੰਗ ਨੇ, ਕੀ ਨਵਜੋਤ ਸਿੰਘ ਸਿੱਧੂ ਅੱਗੇ ਆ ਕੇ ਕਰਨਗੇ? ਦੇਖੋ, ਨਵਜੋਤ ਸਿੰਘ ਸਿੱਧੂ ਨੇ ਸਾਨੂੰ ਪਤਾ ਹਮੇਸ਼ਾ ਪੰਜਾਬ ਦੇ ਲਈ, ਉਹ ਪੰਜਾਬ ਦੇ ਮੁੱਦਿਆਂ ਦੇ ਲਈ ਲੜਦੇ ਨੇ, ਪੰਜਾਬ ਔਰ ਪੰਜਾਬੀਅਤ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਹੈ। ਸੋ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਪੈਸਾ ਕਮਾਉਣ ਤੇ ਨਹੀਂ ਧਿਆਨ ਕੇਂਦਰਿਤ ਕੀਤਾ, ਉਹਨਾਂ ਨੇ ਪੈਸਾ ਛੱਡਿਆ, ਉਹਨਾਂ ਨੇ ਆਪਣਾ ਜਿਹੜਾ ਕਮੈਂਟਰੀ ਵੀ ਛੱਡੀ, ਕਿਉਂਕਿ ਉਹ ਚਾਹੁੰਦੇ ਸੀ ਕਿ ਮੈਂ ਪੰਜਾਬ ਦੇ ਮੁੱਦਿਆਂ ਤੇ ਲੜਾਂ, ਪੰਜਾਬ ਦੇ ਤਰੱਕੀ ਦੇ ਲਈ ਯੋਗਦਾਨ ਪਾਵਾਂ, ਪੰਜਾਬ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਲੈ ਕੇ ਗਏ, ਵਿਧਾਨ ਸਭਾ ਦੇ ਵਿੱਚ ਲੈ ਕੇ ਗਏ ਔਰ ਹਰ ਮਸਲੇ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪੰਜਾਬ ਦੀ ਪਹਿਰੇਦਾਰੀ ਕੀਤੀ, ਭਾਵੇਂ ਸ਼ਰਾਬ ਮਾਫੀਆ ਸੀ ਪੰਜਾਬ 'ਚ, ਭਾਵੇਂ ਪੰਜਾਬ 'ਚ ਰੇਤ ਮਾਫੀਆ ਸੀ, ਲੜਾਈ ਲੜੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ,
ਔਰ ਉਹਨਾਂ ਨੇ ਸੁਝਾਅ ਵੀ ਬਹੁਤ ਬੇਸ਼ਕੀਮਤੀ ਆਪਣੀ ਸਰਕਾਰ ਵੇਲੇ ਦਿੱਤੇ। ਉਹ ਵੱਖਰੀ ਗੱਲ ਹੈ ਕਿ ਕੈਪਟਨ ਅਮਰਿੰਦਰ ਉਹਨਾਂ ਦੇ ਮੁੱਖ ਮੰਤਰੀ ਰਹਿੰਦੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਸੁਣੀ ਵੀ ਸੀ ਗਈ, ਪਰ ਹਮੇਸ਼ਾ ਨਵਜੋਤ ਸਿੰਘ ਸਿੱਧੂ ਨੇ ਤਾਂ ਦੇਖੋ ਸਾਡੇ ਬੇਅਦਬੀ ਦੇ ਮਾਮਲੇ ਸੀ, ਬਰਗਾੜੀ ਵਾਲੇ ਮਾਮਲੇ ਸੀ, ਗੋਲੀਕਾਂਡ ਦੇ ਮਾਮਲੇ ਸੀ, ਉਹਨਾਂ ਦੇ ਵਿੱਚ ਆਪਣੀ ਸਰਕਾਰ ਹੁੰਦੇ ਹੋਏ ਉਹ ਕੌਮ ਦੇ ਨਾਲ ਧਰਮ ਦੇ ਨਾਲ ਖੜੇ ਰਹੇ ਔਰ ਮੰਗ ਕਰਦੇ ਰਹੇ ਕਿ ਸਾਨੂੰ ਇਨਸਾਫ਼ ਚਾਹੀਦਾ, ਔਰ ਉਹ ਲਗਾਤਾਰ ਉਹਨਾਂ ਨੇ ਆਮ ਲੋਕਾਂ ਦੇ ਨਾਲ ਰਲ ਕੇ ਸੰਘਰਸ਼ ਕੀਤਾ। ਸੋ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਹੈ ਨਵਜੋਤ ਸਿੰਘ ਸਿੱਧੂ। ਸੋ ਇਸ ਕਰਕੇ ਅਸੀਂ ਤਾਂ ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਰੱਬ ਅੱਗੇ ਕਿ 26 ਜਨਵਰੀ ਨੂੰ ਜਿੱਥੇ ਬਹੁਤ ਸਾਰੇ ਸਾਡੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਜਿਹੜੀ ਇਹ ਆਜ਼ਾਦੀ ਦੀ ਉਹਨਾਂ ਨੇ ਇੱਕ ਯੋਜਨਾ ਬਣਾਈ ਹੈ 75ਵੇਂ ਵਰੇ ਦੀ ਅੰਮ੍ਰਿਤ ਮਹਾਉਤਸਵ, ਸੋ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਿਹੜਾ ਸਾਡਾ ਗਣਤੰਤਰ ਉਹਨਾਂ ਨੇ ਰਚਿਆ, ਗਣਤੰਤਰ ਸਾਡਾ 26 ਜਨਵਰੀ ਨੂੰ ਗਣਤੰਤਰ ਦਿਵਸ ਹੈ, ਲਾਗੂ ਹੋਇਆ ਸਾਡਾ ਸੰਵਿਧਾਨ। ਸੋ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੂੰ ਵੀ ਕੋਟੀ ਕੋਟੀ ਪ੍ਰਣਾਮ ਹੈ, ਔਰ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਸਕੀਮ ਬਣਾਈ, ਸੋ ਉਹਦੇ ਤਹਿਤ ਦੇਸ਼ ਦੇ ਹਜ਼ਾਰਾਂ ਲੱਖਾਂ ਮੈਂ ਕਹੂੰਗਾ ਨਾਗਰਿਕ ਸਾਡੇ ਆਪਣੇ ਆਪਣੇ ਘਰਾਂ ਚ ਉੜੇ ਨੇ ਆਪਣੀ ਆਪਣੀ ਜੇਲ੍ਹ ਯਾਤਰਾ ਪੂਰੀ ਕਰਕੇ, ਤੇ ਉਮੀਦ ਹੈ ਕਿ 26 ਜਨਵਰੀ ਨੂੰ ਵੀ ਨਵਜੋਤ ਸਿੰਘ ਸਿੱਧੂ ਜੀ ਆ ਜਾਣਗੇ। ਇਸੇ ਕਰਕੇ ਕਮਿੰਗ ਸੂਨ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਬਹੁਤ ਜਲਦ ਉਹ ਆਉਣਗੇ। ਡੱਲਾ ਜੀ, ਸਿਆਸੀ ਜਿਹੜੇ ਬਾਜ਼ਾਰ ਨੇ ਉਹ ਗਰਮ ਨੇ, ਗਲਿਆਰਿਆਂ ਦੇ ਵਿੱਚ ਚਰਚਾ ਹੋ ਰਹੀ ਆ ਕਿ ਸਿੱਧੂ ਦੀ ਰਿਹਾਈ ਹੋਵੇਗੀ ਜਾਂ ਨਹੀਂ ਹੋਵੇਗੀ ਕਮਿੰਗ ਸੂਨ। ਨਾਲ ਲੱਗਦਾ ਕਿ ਸਿੱਧੂ 26 ਜਨਵਰੀ ਨੂੰ ਰਿਹਾ ਹੋਣਗੇ, ਇਸ ਦੇ ਬਾਰੇ ਸਪਸ਼ਟ ਜਿਹੜੀ ਜਾਣਕਾਰੀ ਇੱਕ ਵਾਰੀ ਜਿਹੜੀ ਕਲੀਅਰ ਕਰ ਦਿਓ। ਦੇਖੋ, ਜਿਸ ਤਰ੍ਹਾਂ ਦੀ ਸਾਡੇ ਕੋਲ ਜਾਣਕਾਰੀ ਹੈ, ਜਿਹੜੇ ਵੱਖ ਵੱਖ ਐਕਸਪਰਟ ਨੇ ਉਹਨਾਂ ਦੇ ਮੁਤਾਬਕ ਜਿਹੜੀਆਂ ਗਾਈਡਲਾਈਨਸ ਨੇ ਮਿਨਿਸਟਰੀ ਆਫ ਹੋਮ ਅਫੇਅਰਸ ਦੀਆਂ ਭਾਰਤ ਸਰਕਾਰ ਦੀਆਂ, ਸੋ ਭਾਰਤ ਸਰਕਾਰ ਔਰ ਪੰਜਾਬ ਦੇ ਜਿਹੜੇ ਅਫਸਰ ਨੇ ਜੇਲ੍ਹ ਮਹਿਕਮੇ ਦੇ ਔਰ ਸਾਡੀ ਜਿਹੜੀ ਸਰਕਾਰ ਹੈ ਪੰਜਾਬ ਦੀ, ਸੋ ਸਾਨੂੰ ਲੱਗਦਾ ਕਿ ਜਦੋਂ ਗਾਈਡਲਾਈਨਸ ਫੋਲੋ ਕਰਦੇ ਨੇ ਤੇ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਗਾਈਡਲਾਈਨਸ ਦੇ ਵਿੱਚ ਫਿੱਟ ਬੈਠਦੇ ਨੇ, ਕਿਉਂਕਿ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਜ਼ਾ ਜਿਹੜੀ ਉਹ ਪੂਰੇ 8 ਮਹੀਨੇ ਔਰ 5-6 ਦਿਨ ਦੀ ਹੋ ਜਾਣੀ ਹੈ। ਸੋ ਇਹ ਮੰਨਿਆ ਜਾਂਦਾ ਕਿ 66% ਤੋਂ ਜ਼ਿਆਦਾ ਸਜ਼ਾ 26 ਜਨਵਰੀ ਵਾਲੇ ਦਿਨ ਉਹਨਾਂ ਦੀ ਹੋ ਜਾਣੀ ਹੈ। ਸੋ ਹੁਣ ਵੀ ਉਹਨਾਂ ਦੀ ਜਿਹੜੀ ਸਜ਼ਾ ਹੈ, ਸੋ ਇਹ ਮੰਨਿਆ ਜਾ ਰਿਹਾ ਕਿ 66% ਤੋਂ ਵੱਧ ਅਗਰ ਉਹ ਸਜ਼ਾ ਆਪਣੀ ਭੁਗਤ ਚੁੱਕੇ ਨੇ ਤੇ ਉਹ ਵੀ ਐਲੀਜੀਬਲ ਇਹਦੇ ਲਈ ਬਣ ਜਾਂਦੇ ਨੇ, ਇਹ ਮੰਨਿਆ ਜਾ ਰਿਹਾ। ਸੋ ਸਾਡੇ ਵੀ ਅਫੀਸ਼ੀਅਲ ਜਾਣਕਾਰੀ ਤਾਂ ਕਿਸੇ ਨੇ ਨਹੀਂ ਦਿੱਤੀ, ਪਰ ਜਿਹੜੀ ਵੱਖ ਵੱਖ ਸਰੋਤਾਂ ਤੋਂ ਅਸੀਂ ਜਾਣਕਾਰੀ ਹਾਸਲ ਕਰ ਰਹੇ ਹਾਂ ਉਹਦੇ ਨਾਲ ਸਾਨੂੰ ਇਹ ਸੰਭਾਵਨਾ ਬਣੀ ਹੈ, ਉਮੀਦ ਜੱਗੀ ਹੈ ਕਿ ਨਵਜੋਤ ਜੀ ਵੀ 26 ਜਨਵਰੀ ਨੂੰ ਰਿਹਾ ਹੋ ਜਾਣ। ਸੋ ਸੂਤਰਾਂ ਤੋਂ ਵੀ ਸਾਡੇ ਇਹ ਜਾਣਕਾਰੀ ਮਿਲੀ ਹੈ ਕਿ 52 ਜਿਹੜੇ ਲੋਕ ਨੇ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ 52 ਕੈਦੀਆਂ ਦੀ, ਸੋ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਜਿਹੜਾ ਵਾ ਉਹ ਅਹਿਮ ਹੈਗਾ ਵਾ। ਦੇਖੋ, ਬੜੀ ਖੁਸ਼ੀ ਵਾਲੀ ਗੱਲ ਹੈ ਅਗਰ ਕੋਈ ਪੰਜਾਬ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਜਾਂ ਜੇਲ੍ਹ ਮਹਿਕਮਾ ਜਾਂ ਪੰਜਾਬ ਦਾ ਜਿਹੜਾ ਗ੍ਰਹਿ ਮੰਤਰਾਲਾ ਜਾਂ ਭਗਵੰਤ ਮਾਨ ਸਾਹਿਬ ਦਾ ਦੇ ਤਹਿਤ ਕੋਈ ਵਿੰਗ ਹੈ ਜਿਹੜਾ ਸਾਡਾ ਗ੍ਰਹਿ ਮਹਿਕਮੇ ਦਾ, ਅਗਰ ਕੋਈ ਇਸ ਤਰੀਕੇ ਦੀ ਸੂਚੀ ਅਗਰ ਜਾਰੀ ਹੋਈ ਹੈ, ਮੈਂ ਹਜੇ ਦੇਖੋ ਉਸ ਸੂਚੀ ਨੂੰ ਦੇਖਿਆ ਨਹੀਂ, ਸੋ ਅਗਰ ਕੋਈ ਬਣੀ ਹੈ ਤੇ ਉਹਦੇ 'ਚ ਵੀ ਬੜੀ ਖੁਸ਼ੀ ਵਾਲੀ ਗੱਲ ਹੈ, ਸਿਰਫ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਪਰਿਵਾਰ ਨੂੰ ਨਹੀਂ, ਪੂਰੇ ਸਾਡੇ ਦੇਸ਼ ਵਾਸੀ ਸਾਡੇ ਪੰਜਾਬੀ ਜਿਹੜੇ ਹੋਰ 50-52 ਜਿਨ੍ਹਾਂ ਨੇ ਆਪਣੇ ਆਪਣੇ ਘਰਾਂ 'ਚ ਮੁੜਨਾ ਹੈ ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਨੂੰ ਹੀ ਮੁਬਾਰਕਬਾਦ ਹੈ, ਔਰ ਪੰਜਾਬ ਦੇ ਲਈ ਵੀ ਗਣਤੰਤਰ ਦਿਹਾੜਾ ਇਹ ਬਹੁਤ ਸਾਡੇ ਲਈ ਇੱਕ ਵੱਡਾ ਦਿਨ ਹੈ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਅਸੀਂ ਸਾਰੇ ਹਮੇਸ਼ਾ ਰਿਣੀ ਆ, ਜਿਨ੍ਹਾਂ ਨੇ ਇੰਨਾ ਚੰਗਾ ਸਾਡਾ ਸੰਵਿਧਾਨ ਸਾਡਾ ਗਣਤੰਤਰ ਲਿਖਿਆ, ਆਪਸੀ ਬਰਾਬਰਤਾ ਦਾ ਸੁਨੇਹਾ ਸਾਡਾ ਸੰਵਿਧਾਨ ਸਾਨੂੰ ਦਿੰਦਾ, ਸੋ ਬਿਨਾਂ ਭੇਦ ਭਾਵ ਦੇ ਸਾਰੇ ਵਰਗਾਂ ਦੇ ਸਾਰੇ ਭਾਈਚਾਰਿਆਂ ਦੇ ਜਿਹੜੇ ਸਾਡੇ ਨਾਗਰਿਕ ਨੇ ਅੱਜ ਜੇਲ੍ਹਾਂ ਦੇ ਵਿੱਚੋਂ 26 ਨੂੰ ਰਿਹਾ ਹੋਣ ਦੀ ਉਹਨਾਂ ਦੀ ਉਮੀਦ ਬਣੀ ਹੈ, ਸੋ ਇਹ ਬੜਾ ਖੁਸ਼ੀ ਵਾਲਾ ਦਿਨ ਹੈ 26 ਜਨਵਰੀ ਦਾ ਸਾਰਿਆਂ ਦੇ ਲਈ।
ਦਾਦਾ ਜੀ, ਇੱਕ ਲਾਸਟ ਸਵਾਲ ਹੈ ਜੀ, ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੁਣ 26 ਨੂੰ ਲੈ ਕੇ, ਅਗਰ ਰਿਹਾਈ ਹੋ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਦੀ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ? ਦੇਖੋ, ਸਾਰੇ ਪੰਜਾਬ ਦੇ ਵਿੱਚ ਜਿਹੜੇ ਆਮ ਨਾਗਰਿਕ ਨੇ ਉਹ ਸਾਰੇ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਵੀ ਆਉਣ, ਕਿਉਂਕਿ ਉਹ ਆਮ ਲੋਕਾਂ ਦੇ ਮੁੱਦੇ ਲੜਦੇ ਨੇ, ਆਮ ਲੋਕਾਂ ਦੀ ਗੱਲ ਕਰਦੇ ਨੇ, ਹੱਕਾਂ ਦੀ ਪਹਿਰੇਦਾਰੀ ਕਰਦੇ ਨੇ, ਪਰ ਇਮਾਨਦਾਰੀ ਦੀ ਸਿਆਸਤ ਕਰਦੇ ਨੇ, ਪਰਿਵਾਰਵਾਦ ਦੀ ਸਿਆਸਤ ਨਹੀਂ ਕਰਦੇ। ਇਹ ਸਭ ਤੋਂ ਵੱਡੀ ਖਾਸੀਅਤ ਹੈ ਕਿ ਆਮ ਲੋਕਾਂ ਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਹੁਣੀ ਇਹ ਸਾਡੇ ਘਰ ਦਾ ਜੀ ਹੈ। ਸੋ ਨਵਜੋਤ ਸਿੰਘ ਸਿੱਧੂ ਆਮ ਹਰ ਪੰਜਾਬੀ ਦੇ ਦਿਲ ਦੇ ਵਿੱਚ ਵਸਦੇ ਨੇ, ਦੇਸ਼ ਵਾਸੀ ਦੇ ਦਿਲ 'ਚ ਵਸਦੇ ਨੇ। ਦੇਖੋ, 4 ਵਾਰ MP ਰਹੇ, ਕਿੰਨੇ ਵੱਡੇ ਇੰਟਰਨੈਸ਼ਨਲ ਕ੍ਰਿਕਟਰ ਰਹੇ, ਕਿੰਨਾ ਦੁਨੀਆਂ 'ਚ ਉਹਨਾਂ ਨੇ ਕ੍ਰਿਕਟ 'ਚ ਨਾਮ ਕੀਤਾ, ਫਿਰ ਕਮੈਂਟਰੀ 'ਚ ਕੀਤਾ, ਫਿਰ ਟੈਲੀਵਿਜ਼ਨ 'ਤੇ ਕੀਤਾ। ਸੋ ਉਹ ਮੈਂ ਤਾਂ ਕਹੂੰਗਾ ਪੰਜਾਬ ਦੇ ਲਈ, ਸਾਡੇ ਲਈ, ਭਾਵੇਂ ਹਰਭਜਨ ਸਿੰਘ ਨੇ, ਭਾਵੇਂ ਨਵਜੋਤ ਸਿੰਘ ਸਿੱਧੂ ਨੇ, ਭਾਵੇਂ ਸਾਡੇ ਬਿਸ਼ਨ ਸਿੰਘ ਬੇਦੀ ਸੀ, ਇਹ ਸਾਰੇ ਲੋਕ ਹੀ ਭਾਵੇਂ ਪੰਜਾਬ ਤੋਂ ਖੇਡਦੇ ਨੇ, ਭਾਵੇਂ ਦਿੱਲੀ ਤੋਂ, ਇਹ ਸਾਡੀ ਸਾਡੀ ਕੌਮ ਦਾ, ਸਾਡੇ ਸੂਬੇ ਦਾ ਸਰਮਾਇਆ ਨੇ, ਪਰ ਸਾਨੂੰ ਇਹਨਾਂ ਸਾਰਿਆਂ 'ਤੇ ਬਹੁਤ ਮਾਣ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਚਾਹੁਣ ਵਾਲੇ ਸਾਰੇ ਚਾਹ ਰਹੇ ਨੇ ਕਿ ਜਲਦ ਤੋਂ ਜਲਦ ਨਵਜੋਤ ਸਿੰਘ ਸਿੱਧੂ ਰਿਹਾ ਹੋ ਕੇ ਆਉਣ, ਔਰ ਆਪਣੇ ਆਪਣੇ ਪੱਧਰ 'ਤੇ ਹਰ ਕੋਈ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਵੈਲਕਮ ਕਰਦਾ। ਸੋਸ਼ਲ ਮੀਡੀਆ ਗੌਰਵ ਜੀ ਭਰਿਆ ਪਿਆ, ਬਹੁਤ ਸਾਰੇ ਲੋਕਾਂ ਨੇ ਪੋਸਟਰ ਬਣਾਏ ਨਵਜੋਤ ਸਿੰਘ ਸਿੱਧੂ ਉਹਨਾਂ ਦੇ, ਕਿਸੇ ਨੇ ਕਾਰਾਂ 'ਤੇ ਸਟਿੱਕਰ ਲਗਾਏ। ਸੋ ਬਹੁਤ ਲੋਕ ਆਪਣੇ ਆਪਣੇ ਤਰੀਕੇ ਨਾਲ ਸਾਰੇ ਵੈਲਕਮ ਕਰ ਰਹੇ ਨੇ, ਬਹੁਤ ਜਗ੍ਹਾ 'ਤੇ ਬੈਨਰ ਉਹਨਾਂ ਦੇ ਜਿਹੜੇ ਨੇ ਉਹ ਬਣ ਰਹੇ ਨੇ, ਲੋਕ ਸੋਸ਼ਲ ਮੀਡੀਆ 'ਤੇ ਮੈਂ ਦੇਖ ਰਿਹਾ ਪੋਸਟਾਂ ਪਈਆਂ। ਸੋ ਇਸ ਕਰਕੇ ਸਾਰਿਆਂ ਨੂੰ ਖੁਸ਼ੀ ਹੈ ਇਸ ਗੱਲ। ਸੋ ਬਿਲਕੁਲ, ਇਹ ਸਨ ਸੁਰਿੰਦਰ ਡੱਲਾ ਜੀ ਜਿਹੜੇ ਕਿ ਜਾਣਕਾਰੀ ਦੇ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ 26 ਤਰੀਕ ਨੂੰ ਰਿਹਾ ਸਕਦੇ ਨੇ। ਸੋ ਕਿਉਂ ਰਿਹਾ ਸਕਦੇ ਦੱਸ ਦਿੰਦੇ ਕਿ ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ ਜਿਹੜਾ ਵਾ ਸਕੀਮ ਦੇ ਤਹਿਤ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਿਲ ਹੋਇਆ ਵਾ। ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜੇਲ੍ਹ ਦੇ ਵਿੱਚ ਛਵੀ ਆ ਉਹ ਸਾਫ਼ ਸੁਥਰੀ ਰਹੀ ਆ। ਨਵਜੋਤ ਸਿੰਘ ਸਿੱਧੂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਛੁੱਟੀ ਜਿਹੜੀ ਆ ਅਪਲਾਈ ਨਹੀਂ ਕੀਤੀ, ਨਾ ਹੀ ਉਹਨਾਂ ਨੇ ਮਾਫ਼ੀ ਜਿਹੜੀ ਆ ਉਹ ਮੰਗੀ ਸੀ ਕਿ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਰਿਹਾ ਕੀਤਾ ਜਾਵੇ। ਸੋ ਕੇਂਦਰ ਸਰਕਾਰ ਦੀ ਇੱਕ ਸਕੀਮ ਦੇ ਤਹਿਤ, ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਆ, ਉਸ ਸਕੀਮ ਦੇ ਤਹਿਤ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਰਿਹਾ ਹੋ ਸਕਦੇ ਨੇ। ਸੋ ਹਾਲੇ ਕਿ ਪੂਰੀ ਜਾਣਕਾਰੀ ਹਾਲੇ ਵੀ ਜਿਹੜੀ ਆ ਸਪਸ਼ਟ ਨਹੀਂ ਹੈਗੀ ਕਿ ਨਵਜੋਤ ਸਿੰਘ ਸਿੱਧੂ ਰਿਹਾ ਹੋਣਗੇ ਜਾਂ ਨਹੀਂ ਹੋਣਗੇ। ਸੋ ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਤੋਂ ਲੈ ਕੇ ਗਲੀਆਂ ਤੱਕ ਚਰਚਾਵਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈਗਾ ਵਾ। ਸੋ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋਣੀ ਜਾਂ ਨਹੀਂ ਹੋਣੀ, ਉਸ ਤੋਂ ਪਹਿਲਾਂ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੇ ਹੋਰਡਿੰਗ ਜਿਹੜੇ ਨੇ ਉਹ ਲੱਗ ਚੁੱਕੇ ਨੇ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਵੱਡੀ ਫੋਟੋ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਲਿਖਿਆ ਗਿਆ ਵਾ। ਨੀਚੇ ਨਵਜੋਤ ਸਿੰਘ ਸਿੱਧੂ, ਨਾਲ ਦੀ ਨਾਲ ਹੈਪੀ ਰਿਪਬਲਿਕ ਡੇ 26 ਜਨਵਰੀ ਕਮਿੰਗ ਸੂਨ, ਉਸ ਦੇ ਨਾਲ ਸੁਰਿੰਦਰ ਡੱਲਾ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਦੀ ਫੋਟੋ ਜਿਹੜੀ ਆ ਨਾਲ ਲਗਾਈ ਗਈ ਆ। ਸੁਰਿੰਦਰ ਡੱਲਾ ਨਾਲ ਵੀ ਅਸੀਂ ਗੱਲਬਾਤ ਕੀਤੀ ਆ, ਹਾਲਾਂਕਿ ਇਹ ਲੇਟ ਨਾਈਟ ਜਿਹੜੇ ਨੇ ਲੁਧਿਆਣਾ ਦੇ ਵਿੱਚ ਹੋਰਡਿੰਗ ਲੱਗੇ ਨੇ, ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਹੋਰਡਿੰਗ ਜਿਹੜੇ ਨੇ ਪੰਜਾਬ ਭਰ ਦੇ ਵਿੱਚ ਜਿਹੜੇ ਉਹਨਾਂ ਦੇ ਚਾਹਵਾਨ ਨੇ ਉਹ ਲਗਾ ਰਹੇ ਨੇ। ਸੋ ਇਹ ਜਾਣਕਾਰੀ ਸੁਰਿੰਦਰ ਡੱਲਾ ਵੱਲੋਂ ਦਿੱਤੀ ਗਈ। ਉਹਨਾਂ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ 26 ਜਨਵਰੀ ਨੂੰ ਜਦੋਂ ਰਿਹਾ ਹੋਣਗੇ ਤਾਂ ਉਹਨਾਂ ਦੇ ਸਵਾਗਤ ਦੇ ਲਈ ਵੱਡੀ ਤਿਆਰੀ ਜਿਹੜੀ ਆ ਉਹ ਵੀ ਕੀਤੀ ਗਈ ਆ। ਸੋ ਇਸ ਤਰ੍ਹਾਂ ਦੇ ਹੋਰਡਿੰਗ ਜਿਹੜੇ ਨੇ ਬਾਜ਼ਾਰ ਦੇ ਵਿੱਚ ਲੱਗ ਚੁੱਕੇ ਨੇ, ਲੁਧਿਆਣਾ ਦੇ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਇਸ ਤਰ੍ਹਾਂ ਦੇ ਹੋਰਡਿੰਗ ਲੱਗ ਚੁੱਕੇ ਨੇ, ਪੂਰਾ ਬਾਜ਼ਾਰ ਇਸ ਤਰ੍ਹਾਂ ਗਰਮ ਹੋਇਆ ਹੋਇਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਹੋਣੀ ਜਾਂ ਨਹੀਂ ਹੋਣੀ, ਪਰ ਇਸ ਹੋਰਡਿੰਗ ਦੇ ਵਿੱਚ ਕਮਿੰਗ ਸੂਨ ਅਤੇ ਸੁਰਿੰਦਰ ਡੱਲਾ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਦੀ ਫੋਟੋ ਲਗਾ ਕੇ ਇੱਕ ਵਾਰ ਫਿਰ ਬਾਜ਼ਾਰ ਨੂੰ ਪੂਰੀ ਤਰ੍ਹਾਂ ਗਰਮ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਰਿਹਾ ਹੋ ਰਿਹਾ ਜਾਂ ਨਹੀਂ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਮਹਿੰਦੂ, ਜਗਬਾਣੀ TV, ਲੁਧਿਆਣਾ।